ਪੰਜਾਬ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਪਰ ਸਭ ਤੋਂ ਵੱਡੀ ਸਮੱਸਿਆ ਡਰੱਗ ਇਸ਼ੂ ਵੀ ਮੰਨੀ ਜਾਂਦੀ ਹੈ ਉਸ ਦੇ ਨਾਲ ਕਿੰਨੀਆਂ ਸਮੱਸਿਆਵਾਂ ਹੋਰ ਪੈਦਾ ਹੋ ਰਹੀਆਂ ਨੇ ਘਰਾਂ ਦੇ ਵਿੱਚ ਕਲੇਸ਼ ਆਮ ਤੌਰ ਦੇ ਉੱਤੇ ਵੇਖੇ ਜਾ ਸਕਦੇ ਨੇ ਜਿਸ ਦੇ ਨਾਲ ਜ਼ਿੰਦਗੀ ਜਿਉਂਦੇ ਜੀ ਵੀ ਦੁੱਬਰ ਹੋ ਜਾਂਦੀ ਹੈ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਔਰ ਸ਼ਰਮ ਸਾਰ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਗੱਲ ਕਰ ਰਿਹਾ 40 ਮੁਕਤਿਆਂ ਦੀ ਧਰਤੀ ਦੀ ਮੁਖਸਰ ਸਾਹਿਬ ਅੱਜ ਇਤਿਹਾਸਕ ਦਿਨ ਵੀ ਹੈ ਇਸ ਇਤਿਹਾਸਕ ਦਿਨ ਤੇ ਜਿੱਥੇ ਇਸ ਦੀ ਇਤਿਹਾਸਕ ਮਹੱਤਤਾ ਸਮਝਣੀ ਜ਼ਰੂਰੀ ਹੈ ਉੱਥੇ ਇੱਕ ਦੂਜਾ ਪਾਸਾ ਜਿਹੜਾ ਜਿਸ ਦੇ ਉੱਤੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ ਹੈਰਾਨੀਜਨਕ ਰਿਪੋਰਟਾਂ ਸਾਹਮਣੇ ਆਈਆਂ ਨੇ ਪਿਛਲੇ 9 ਮਹੀਨਿਆਂ ਚ April ਤੋਂ ਲੈ ਕੇ December ਤੱਕ ਤਕਰੀਬਨ 9 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਵਾਰ ਵਾਧਾ ਪਾਇਆ ਗਿਆ ਕਿਸ ਵਿੱਚ ਪਾਇਆ ਗਿਆ HIV ਦੇ ਕੇਸਾਂ ਵਿੱਚ HIV ਇੱਕ ਅਜਿਹੀ ਭਿਆਨਕ ਸਮੱਸਿਆ ਖੜੀ ਹੋ ਜਾਂਦੀ ਹੈ ਜਿਸ ਦਾ ਨਾਮ ਸੁਣਦਿਆਂ ਹੀ ਪਹਿਲਾਂ ਹੀ ਹੌਸਲਾ ਟੁੱਟਣ ਲੱਗਦਾ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਸਮੇਂ-ਸਮੇਂ ਦੇ ਉੱਤੇ ਔਰ ਇਸ ਤੋਂ ਬਚਣਾ ਕਿਵੇਂ ਹੈ ਸਭ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਸਰਕਾਰੀ ਤੇ ਗੈਰ ਸਰਕਾਰੀ ਪੱਧਰ ਦੇ ਉੱਤੇ HIV ਦੀ ਸਮੱਸਿਆ ਨਾਲ ਜਿਹੜੇ ਮਰੀਜ਼ ਜੂਝਦੇ ਨੇ ਉਹਨਾਂ ਨੂੰ ਇੱਕ ਵੱਖਰੇ ਤੌਰ ਤੇ ਨਿਗਾਹ ਨਾਲ ਨਾ ਵੇਖਿਆ ਜਾਵੇ ਉਹਨਾਂ ਨੂੰ ਜਿਹੜੀ ਹਮਦਰਦੀ ਦੀ ਲੋੜ ਹੈ ਜਿਹੜੇ ਇਲਾਜ ਦੀ ਲੋੜ ਹੈ ਉਸ ਦੀ ਬਹੁਤ ਜ਼ਿਆਦਾ ਸਖਤ ਲੋੜ ਹੈ ਵਾਰ ਹਰਾਨੀ ਦੀ ਗੱਲ ਇਹ ਹੈ ਕਿ ਪਿਛਲੇ 9 ਮਹੀਨਿਆਂ ਦੇ ਵਿੱਚ ਤਿੰਨ ਵਾਰ ਇਨ੍ਹਾਂ ਕੇਸਾਂ ਦੇ ਵਿੱਚ ਵਾਅਦਾ ਕੀਤਾ ਗਿਆ 270 ਤੋਂ ਵੱਧ ਕੇਸ ਪਾਏ ਗਏ ਨੇ ਇਨ੍ਹਾਂ 9 ਮਹੀਨਿਆਂ ਦੇ ਵਿੱਚ ਜਿਹੜੇ ਪੋਜ਼ਿਟਿਵ ਆਏ ਨੇ ਐਚ ਆਈ ਵੀ ਦੇ ਹੁਣ ਇਸ ਮਸਲੇ ਦੇ ਵਿੱਚ ਜਦੋਂ ਗੱਲ ਕੀਤੀ ਜਾਵੇ ਕਿ ਐਚ ਆਈ ਵੀ ਦੀ ਜਿਹੜੀ ਸਮੱਸਿਆ ਪੈਦਾ ਹੋ ਗਈ ਉਹ ਮੁਕਸਰ ਸਾਹਿਬ ਦੇ ਵਿੱਚ ਇੰਨੀ ਕਿਉਂ ਹੈ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵੀ ਵੱਖ-ਵੱਖ ਖੇਤਿਆਂ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚੋਂ ਅਜਿਹੇ ਇਲਾਕੇ ਨੇ ਜਿੱਥੇ ਨਸ਼ੇੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੀ ਇਹ ਗਿਣਤੀ ਪਾਈ ਗਈ ਹੈ ਇੱਕ ਕਾਉਂਸਲਰ ਨੇ ਜਿਹੜੇ ਆਪਣੇ ਤਜਰਬੇ ਦੇ ਵਿੱਚੋਂ ਦੱਸਦੇ ਨੇ ਉਹਨਾਂ ਨੇ ਇਹ ਵੀ ਦੱਸਿਆ ਇਸ ਮਸਲੇ ਦੇ ਵਿੱਚ ਟਰਬਿਊਨ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਜਿਹੜੇ ਸਤਨਾਮ ਕੌਰ ਨੇ ਇਹ ਕਾਉਂਸਲਰ ਨੇ ਇੰਟੀਗ੍ਰੇਟਿਡ ਕਾਉਂਸਲਿੰਗ ਤੇ ਟੈਸਟਿੰਗ ਸੈਂਟਰ ਮੁਕਸਰ ਦੇ ਉਹਨਾਂ ਨੇ ਕਿਹਾ ਕਿ ਜਿਹੜੇ ਨਸ਼ੇੜੀ ਇੱਕ ਹੀ ਗਰੁੱਪ ਦੇ ਵਿੱਚ ਬੈਠ ਕੇ ਚੋਰੀ ਛੁਪੇ ਜਦੋਂ ਨਸ਼ਾ ਕਰਦੇ ਨੇ ਹੈਰੋਇਨ ਦੀਆਂ ਸਰੀੰਜਾਂ ਲਾਉਂਦੇ ਨੇ ਤਾਂ ਉਹ ਸਰੀੰਜਾਂ ਦੀ ਵਰਤੋਂ ਹੈ ਜਿਹੜੀ ਇੱਕ ਹੀ ਸਰੀੰਜ ਦੀ ਵਰਤੋਂ ਨਸ਼ਾ ਕਰਨ ਦੇ ਵੇਲੇ ਇੱਕ ਗਰੁੱਪ ਦੇ ਵਿੱਚ ਜਦੋਂ ਕੀਤੀ ਜਾਂਦੀ ਹੈ ਤੇ ਉੱਥੋਂ ਉਹ ਇੱਕੋ ਹੀ ਸਰੀੰਜ ਦੀ ਵਰਤੋਂ ਵਾਰ-ਵਾਰ ਕਰਨ ਦੇ ਨਾਲ ਐਚ ਆਈ ਵੀ ਜਿਹੜੀ ਸਮੱਸਿਆ ਹੈ ਉਹ ਉਹਨਾਂ ਦੇ ਵਿੱਚ ਲੱਛਣ ਪਾਏ ਜਾਂਦੇ ਨੇ ਜਾਂ ਉੱਥੋਂ ਸ਼ੁਰੂਆਤ ਹੋ ਜਾਂਦੀ ਹੈ ਇੱਕ ਇੱਕ ਸਮੱਸਿਆ ਇਹ ਵੀ ਹੈ ਔਰ ਇਸ ਮਸਲੇ ਦੇ ਵਿੱਚ ਸਰੀਰਕ ਸੰਬੰਧ ਬਣਾਉਣ ਦੇ ਵੇਲੇ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਸ ਵਕਤ ਵੀ ਜਦੋਂ ਕੁਝ ਕੁ ਚੀਜ਼ਾਂ ਨੂੰ ਧਿਆਣ ਤੋਂ ਅੱਖੋਂ-ਉਲੇ ਕਰ ਦਿੱਤਾ ਜਾਂਦਾ ਹੈ ਤੇ ਉਸ ਨਾਲ ਵੀ ਇਹ ਸਮੱਸਿਆ ਪੈਦਾ ਹੋ ਸਕਦੀ ਹੈ ਪਰ ਬਹੁ ਗਿਣਤੀ ਕੇਸਾਂ ਦੀ ਹੈ ਜਿਹੜੀ ਉਹ ਇੱਕ ਹੀ ਸਰਿੰਜ ਦੀ ਵੱਖ-ਵੱਖ ਲੋਕਾਂ ਦੇ ਵਿੱਚ ਜਾਂ ਸਰੀਰ ਦੇ ਵਿੱਚ ਵਰਤੋਂ ਕਰਨ ਦੇ ਨਾਲ ਇਹ ਸਮੱਸਿਆ ਪੈਦਾ ਹੁੰਦੀ ਹੈ ਇਹ ਕੰਕੜਾ ਸਾਹਮਣੇ ਆਇਆ ਹੈ ਕਿ ਜਿਹੜਾ ਪੋਜ਼ਿਟਿਵ ਪਰਸਨ ਨੇ ਐਚ ਆਈ ਵੀ ਦੇ ਪੋਜ਼ਿਟਿਵਿਟੀ ਮਰੀਜ਼ਾਂ ਦੀ ਜਿਹੜੀ ਐਚਆਈਵੀ ਦੇ ਨਾਲ April ਤੋਂ December ਤੱਕ ਪਿਛਲੇ 9 ਮਹੀਨਿਆਂ 'ਚ 3 ਵਾਰ ਵਾਧਾ ਹੋਇਆ ਹੈ। ਇੱਕ ਕੇਸ ਇਹ ਵੀ ਦੱਸਦਾ ਹੈ ਕਿ ਜਿਹੜੇ 270 ਤੋਂ ਬਾਅਦ ਜਿਹੜੇ ਕੇਸ ਆਏ ਨੇ ਉਸ ਦੇ ਵਿੱਚ 124 ਜਿਹੜੇ ਲੋਕ ਨੇ ਐਚਆਈਵੀ ਪੋਜ਼ਿਟਿਵ ਆਏ ਨੇ ਉਹ April ਤੋਂ ਲੈ ਕੇ 21 April 2021 ਤੋਂ ਲੈ ਕੇ March 2022 ਤੱਕ ਆਏ ਨੇ। ਇਸ ਮਸਲੇ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 124 ਕੇਸਾਂ ਦੀ ਗਿਣਤੀ ਹੈ ਇਸੇ ਤਰੀਕੇ ਦੇ ਨਾਲ ਇੱਕ ਗੱਲ ਹੋਰ ਨੋਟ ਕੀਤੀ ਗਈ ਹੈ ਕਿ 12516 ਟੈਸਟ ਕੀਤੇ ਗਏ ਫਾਈਨੈਂਸ਼ੀਅਲ ਇਅਰ ਦੇ ਵਿੱਚ ਇਸ ਸ੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਜਿਸ ਦੇ ਵਿੱਚੋਂ ਇਹਨਾਂ ਨਵਾਂ ਮਹੀਨਿਆਂ ਦੇ ਵਿੱਚ 11541 ਲੋਕਾਂ ਦੇ ਟੈਸਟ ਕੀਤੇ ਗਏ ਫਿਰ 12516 ਟੈਸਟ ਹੈ ਜਿਹੜੇ ਉਹ ਕੀਤੇ ਜਾਂਦੇ ਨੇ ਤਾਂ ਹੈਲਥ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਮжоਰਿਟੀ ਜਿਹੜੇ ਕੇਸਾਂ ਦੀ ਹੈ ਐਚ ਆਈ ਵੀ ਪੋਜ਼ਿਟਿਵ ਕੈਸਾ ਦੀ ਉਹ ਡਰੱਗ ਐਡਿਕਟ ਜਿਹੜੇ ਨੇ ਜਿਹੜੇ ਨਸ਼ੇੜੀ ਹੋ ਚੁੱਕੇ ਨੇ ਉਹਨਾਂ ਦੀ ਗਿਣਤੀ ਹੈ ਔਰ ਉਹਨਾਂ ਦਾ ਏਜ ਗਰੁੱਪ ਹੈ ਜਿਹੜਾ ਉਹ ਬੜੀ ਹੈਰਾਨੀ ਹੁੰਦੀ ਹੈ ਜਦੋਂ ਇਹ ਖੁਲਾਸਾ ਹੋਇਆ ਇਸ ਮਸਲੇ ਦੇ ਵਿੱਚ 18 ਸਾਲ ਤੋਂ ਲੈ ਕੇ 30 ਸਾਲ ਦੇ ਉਹ ਜਵਾਨੀ ਭਰ ਵਾਲੇ ਨੌਜਵਾਨ ਨੇ ਜਿਹੜੇ ਹਾਲੇ ਜਵਾਨੀ ਮਾਣਨਾ ਚਾਹੁੰਦੇ ਨੇ ਪਰ ਨਸ਼ੇ ਦੇ ਵਿੱਚ ਗ੍ਰਸਤ ਹੋ ਗਏ ਤੇ ਨਸ਼ੇੜੀਆਂ ਦੇ ਟੋਲੇ ਵਿੱਚ ਸ਼ਾਮਲ ਹੋ ਗਏ ਤਾਂ ਪੋਜ਼ਿਟਿਵਿਟੀ ਰੇਟ ਜਿੰਨਾਂ ਦਾ ਵਧ ਆਇਆ ਉਹ 18 ਸਾਲ ਤੋਂ ਲੈ ਕੇ 30 ਸਾਲ ਉਹਨਾਂ ਦੀ ਉਮਰ ਹੈ ਜਿਨ੍ਹਾਂ ਦੀ ਇਹਨਾਂ ਕੇਸਾਂ ਦੇ ਵਿੱਚ ਗਿਣਤੀ ਹੈ ਜਿਹੜੀ ਪਾਈ ਗਈ ਹੈ ਖਾਸ ਕਰਕੇ ਕਾਰਨ ਕੀ ਬਣਿਆ ਮੋਢਲਾ ਕਿ ਇੱਕ ਹੀ ਸਰਿੰਜ ਦੀ ਵਰਤੋਂ ਨਸ਼ਾ ਕਰਨ ਦੇ ਵੇਲੇ ਵੱਖ-ਵੱਖ ਲੋਕਾਂ ਵੱਲੋਂ ਕੀਤੀ ਗਈ ਉਹ ਨਸ਼ੇ ਦੇ ਵਿੱਚ ਇੱਕ ਗਲਤਾਨ ਇੱਕ ਪੈਸੇ ਦੀ ਬਰਬਾਦੀ ਮਾਪਿਆਂ ਨੂੰ ਪਰੇਸ਼ਾਨੀ ਦਿਨ ਰਾਤ ਚਿੰਤਾ ਅਜਿਹੀਆਂ ਸਮੱਸਿਆਵਾਂ ਤੇ ਇਸ ਨਾਲ ਛੋਟੀਆਂ-ਮੋਟੀਆਂ ਜੁੜੀਆਂ ਹੋਈਆਂ ਨੇ ਪਰ ਖੁਦ ਨਸ਼ੇੜੀ ਆ ਜਿਹੜਾ ਇੱਕ ਤਾਂ ਪੈਸੇ ਦੀ ਬਰਬਾਦੀ ਕਰਦਾ ਆਪਣੇ ਸਰੀਰ ਦੀ ਬਰਬਾਦੀ ਨਾਲ-ਨਾਲ ਕਰ ਰਿਹਾ ਤੇ ਐਚ ਆਈ ਵੀ ਵਰਗੇ ਭਿਆਨਕ ਰੋਗਾਂ ਦਾ ਸ਼ਿਕਾਰ ਵੀ ਹੋ ਰਿਹਾ ਹੈ। ਇਸੇ ਤਰੀਕੇ ਦੇ ਨਾਲ ਕਾਉਂਸਲਰ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੀ ਇਹ ਸਮੱਸਿਆ ਪਾਈ ਗਈ ਹੈ ਜ਼ਿਆਦਾਤਰ ਨਸ਼ੇੜੀਆਂ ਵੱਲੋਂ ਜਿਹੜੀ ਇੱਕ ਸਿਰਿੰਜ ਦੀ ਵਰਤੋਂ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਵਰਤੋਂ ਕੀਤੀ ਜਾਂਦੀ ਹੈ। ਇੱਕ ਗਰੁੱਪ ਦੇ ਵਿੱਚ ਬਹਿ ਕੇ ਨਸ਼ਾ ਕੀਤਾ ਜਾਂਦਾ ਤਾਂ ਉਸ ਵਕਤ ਜਦੋਂ ਸਰਿੰਜਾਂ ਦੀ ਵਰਤੋਂ ਹੁੰਦੀ ਹੈ ਤੇ ਉੱਥੇ ਸਮੱਸਿਆ ਪੈਦਾ ਹੋ ਰਹੀ ਹੈ ਹੁਣ ਇੱਥੇ ਇਹ ਗੱਲ ਧਿਆਨ ਦੇਣੀ ਹੋਊਗਾ ਕਿ ਜਦੋਂ ਜਾਗਰੂਕਤਾ ਕੈਂਪ ਲਾਏ ਜਾਂਦੇ ਨੇ ਐਚ ਆਈ ਵੀ ਤੋਂ ਬਚਣਾ ਕਿਵੇਂ ਹੈ ਤਾਂ ਉਹਨਾਂ ਕੈਂਪਾਂ ਦੇ ਵਿੱਚ ਸਭ ਤੋਂ ਮੁਢਲੀਆਂ ਗੱਲਾਂ ਇਹੀ ਦੱਸੀਆਂ ਜਾਂਦੀਆਂ ਨੇ ਕਿ ਇਸ ਦੇ ਇਸ ਤੋਂ ਬਚਣ ਦਾ ਤਰੀਕਾ ਕੀ ਹੈ ਪਹਿਲਾਂ ਹੀ ਕਿਹੜੇ ਉਪਾਅ ਕਰੀਏ ਕਿ ਜਹੀ ਭਿਆਨਕ ਬਿਮਾਰੀ ਦਾ ਜਿਹੜਾ ਅਸੀਂ ਸ਼ਿਕਾਰ ਨਾ ਹੋਈਏ ਇਸ ਮਸਲੇ ਦੇ ਵਿੱਚ ਜਾਗਰੂਕਤਾ ਕੈਂਪ ਲੱਗਦੇ ਨੇ ਇਸ ਦੇ ਬਾਵਜੂਦ ਵੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਕੈਸਾਂ ਦੀ ਗਿਣਤੀ ਦਾ ਵਾਧਾ ਹੋਣਾ ਐਚ ਆਈ ਵੀ ਦੇ ਮਰੀਜ਼ਾਂ ਦਾ ਇੱਕ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਇਸ ਮਸਲੇ ਨੂੰ ਲੈ ਕੇ ਹੈਲਥ ਡਿਪਾਰਟਮੈਂਟ ਕਾਮਯਾਬ ਕਿਉਂ ਨਹੀਂ ਹੋ ਰਿਹਾ ਪੰਜਾਬ ਪੱਧਰ ਦੇ ਵਿੱਚ ਅਜਿਹੀ ਸਮੱਸਿਆ ਪਾਈ ਜਾ ਰਹੀ ਹੈ ਪਰ ਉਸ ਦੇ ਵਿੱਚੋਂ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਭਿਆਨਕ ਅੰਕੜਾ ਸਾਹਮਣੇ ਆਇਆ ਉਸ ਤੋਂ ਚਿੰਤਾ ਕਰਨੀ ਵੀ ਲਾਜ਼ਮੀ ਹੈ ਤੇ ਇਸ ਦੀ ਰੋਕ ਥਾਮ ਲਈ ਇਸ ਦੇ ਖਾਤਮੇ ਲਈ ਕੀ ਸਟੈਪ ਚੁੱਕੇ ਜਾਣ ਸਿਹਤ ਮਹਿਕਮੇ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਿਛਲੇ 9-10 ਮਹੀਨਿਆਂ ਦੇ ਵਿੱਚ ਤਿੰਨ ਸਿਹਤ ਮੰਤਰੀ ਤਾਂ ਬਦਲ ਗਏ ਪਰ ਅਜਿਹੀਆਂ ਸਮੱਸਿਆਵਾਂ ਦੇ ਉੱਤੇ ਨਜ਼ਰ ਕਿੰਨੀ ਹੈ ਕਿੰਨਾ ਕੁ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਚਾਅ ਕੀਤਾ ਗਿਆ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਸਿਹਤ ਢਾਂਚਾ ਜਿਹੜਾ ਪੰਜਾਬ ਦਾ ਉਹ ਨਿਗਾਰ ਵੱਲ ਕਿਉਂ ਜਾ ਰਿਹਾ ਹੈ ਇੱਥੋਂ ਤੱਕ ਕਿ ਸਿਹਤ ਬੀਮਾ ਯੋਜਨਾਵਾਂ ਤੱਕ ਨੇ ਜਿਹੜੀਆਂ ਉਹ ਫੇਲ ਕਿਉਂ ਹੋ ਰਹੀਆਂ ਨੇ ਜਿਹੜੇ ਬਣਦੇ ਕੇਂਦਰੀ ਤੇ ਖੇਤਰੀ ਫੰਡ ਦੇ ਜਦੋਂ ਸਮੇਂ ਸਿਰ ਨਹੀਂ ਪੁੱਜਣਗੇ ਹਸਪਤਾਲਾਂ ਦੇ ਵਿੱਚ ਸਬੰਧਤ ਜਿੱਥੇ ਸਕੀਮ ਲਾਗੂ ਹੋ ਸਕੇ ਤਾਂ ਲੋਕ ਲਾਹ ਇਲਾਜ ਹੋ ਰਹੇ ਨੇ ਇਲਾਜ ਕਰਾਉਣ ਦੀ ਸਮਰੱਥਾ ਤੋਂ ਦੂਰ ਜਾ ਰਹੇ ਨੇ ਜਿਸ ਕਰਕੇ ਕਿਸੇ ਵੀ ਪਰਿਵਾਰ ਦੇ ਵਿੱਚ ਕਿਉਂਕਿ ਅੱਜਕਲ ਖਾਣ ਪੀਣਾ ਵਾਤਾਵਰਨ ਅਜਿਹਾ ਅਪਲੀਤ ਹੋਇਆ ਹੈ ਕਿ ਕੋਈ ਨਾ ਕੋਈ ਰੋਗ ਦਾ ਸ਼ਿਕਾਰ ਹਰ ਕੋਈ ਹੋ ਹੀ ਜਾਂਦਾ ਹੈ ਜਦੋਂ ਰੋਗ ਦਾ ਸ਼ਿਕਾਰ ਹੁੰਦਾ ਹੈ ਤਾਂ ਫਿਰ ਇਲਾਜ ਤੋਂ ਕੋਹਾ ਦੂਰ ਹੋ ਜਾਂਦੀਆਂ ਨੇ ਕਿਉਂਕਿ ਜੇਬ ਸਾਥ ਨਹੀਂ ਦਿੰਦੀ ਤਾਂ ਮਹਿੰਗਾ ਇਲਾਜ ਕਰਵਾਉਣ ਦੇ ਅਸਮਰੱਥ ਹੋ ਜਾਂਦੇ ਨੇ ਲੋਕ ਜਿਸ ਕਰਕੇ ਮੌਤ ਦੇ ਮੂੰਹ ਵੱਲ ਲਗਾਤਾਰ ਲੋਕ ਧੱਕੇ ਜਾ ਰਹੇ ਨੇ ਤੇ ਇਸ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਕਿ ਅਜਿਹੀਆਂ ਸਮੱਸਿਆਵਾਂ ਤੋਂ ਜੇਕਰ ਨਜਾਹਤ ਦਬਾਉਣੀ ਹੈ ਜਿੱਥੇ ਹੀ ਜਾਗਰੂਕਤਾ ਕੈਂਪ ਦੀ ਲੋੜ ਹੈ ਉਹ ਤਾਂ ਲੱਗਣ ਪਰ ਨਾਲੋਂ ਨਾਲ ਇਲਾਜ ਦਾ ਪ੍ਰਬੰਧ ਇਲਾਜ ਦਾ ਢਾਂਚਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਹਰ ਇੱਕ ਦੀ ਪਹੁੰਚ ਵਿੱਚ ਇਲਾਜ ਹੋਣਾ ਚਾਹੀਦਾ ਹੈ